forgere longitudinalmente. Ok. Acciò, longitudinalmente parte anteriore. Parte posteriore, sorry. Push forgere, yani che anteriore aisa ke pade hai. Parte anteriore del veicolo, yani che gaddi di agli side te nahi saman phail sakda, yani che ekto agge aisa ki akhya ke agli side te saman assi nahi kad sakde gaddi nu. Acha ki hunda parte posteriore, gaddi di pichli side. A posteriore, yani che pichli side te assi saman kad sakne hai, kis tarah kad sakne hai? Se costituite da cose indivisibili. Se costituite delle cose bene, cose indivisibili, ne jo ikatthe nahi reh sakde, yani ke ikatthe saman nahi reh sakde, ki matlab samjhe ke for example assi any di koi cheez jama kar rahe ha, jis tarah main likha mariyan ne aliyan jehdiyan sariyan ke is tarah ne isme ek lakda ne jis tarah laddiyan ne dete inhan nu assi close nahi kar sakde, ikatthiyan nahi kar sakde, inhan nu lammiyan ne te lammiyan hi treniyan ne, jis tarah lammiyan tarah te ki karda ਜੇ ਅਗਰ ਥੋੜੀਆਂ ਲੰਮੀਆਂ ਤਾਂ ਪਿਛਲੀ ਸਾਈਡ ਤੋਂ ਥੋੜੀਆਂ ਨਿਕਲ ਜਾਣਦੀਆਂ, ਯਾਨੀ ਕਿ ਪਿਛਲੀ ਸਾਈਡ ਨਿਕਲ ਨਹੀਂ, ਅਗਰ ਹੋਵੇ ਫਰਿੱਜ, ਅਗਰ ਹੋਵੇ ਬੈੱਡ, ਅਗਰ ਕੋਈ ਚੀਜ਼ ਹੋਵੇ ਜਿਹੜੀਆਂ ਡਿਫਰੈਂਟ ਕਿਸੇ ਇੰਡੀਵਿਜੀਬਲ, ਜਿਹੜੀਆਂ ਇਕੱਠੀਆਂ ਯਾਨੀ ਇਕੱਠੀਆਂ ਜਿਹੜਾ ਅਸੀਂ ਕਰ ਸਕਦੇ ਹਾਂ, ਯਾਨੀ ਕਿ ਤਰਤੀਬ ਨਾਲ ਅਸੀਂ ਜੋੜ ਸਕਦੇ ਹਾਂ, ਠੀਕ ਹੈ, ਉਹ ਤਾਂ ਅਸੀਂ ਪਿਛਾ ਨਹੀਂ ਕੱਢ ਸਕਦੇ ਕਿਉਂਕਿ ਉਹਨਾਂ ਨੂੰ ਅਸੀਂ ਗੱਡੀ ਦੇ ਅੰਦਰ ਹੀ ਤਰ੍ਹਾਂ ਦੇ, ਅਤੇ ਜਿਹੜੀਆਂ ਇਸ ਤਰ੍ਹਾਂ ਹੁਣ ਲੱਕੜਾਂ ਨੇ, ਜਿਸ ਤਰ੍ਹਾਂ ਹੁਣ ਸਿੱਧੀਆਂ ਫਰਜ਼ ਕਰਾ ਜਿਸ ਤਰ੍ਹਾਂ ਲਾਈਨਾਂ ਨੇ, ਇਸ ਤਰ੍ਹਾਂ ਸਿੱਧੀਆਂ ਹੋਣ, ਅਗਰ ਅਸੀਂ ਉਹਨੂੰ ਕੱਟੀਏ ਤਾਂ ਲੱਕੜ ਨੂੰ ਅਸੀਂ ਕੱਟਾਂਗੇ ਤਾਂ ਨੁਕਸਾਨ ਨੇ, ਕਿਉਂਕਿ ਸਾਨੂੰ ਇੱਕ ਚੀਜ਼ ਇੱਕ ਪੀਸ ਚਾਹੀਦਾ ਫੁੱਲ ਵੱਡਾ ਜਿਹੜਾ ਕੱਟੇ ਜਾਣਾ ਹੋਵੇ, ਠੀਕ ਹੈ, ਅਤੇ ਫਿਰ ਅਸਾਂ ਕੀ ਕਰਨਾ ਹੈ, ਅਸਾਂ ਉਹਨਾਂ ਨੂੰ ਫਿਰ ਉਸੇ ਤਰ੍ਹਾਂ ਲੱਭਣੀਆਂ ਨੇ ਜਿਸ ਤਰ੍ਹਾਂ ਇਸ ਪਿਕਚਰ ਦੇ ਵਿੱਚ ਸਾਨੂੰ ਲੰਮੇ ਦਾਦੀਆਂ ਲੱਭੀਆਂ ਅਤੇ ਕੀ ਨਿਕਲਿਆ ਪਿਛਲੀ ਸਾਈਡ ਥੋੜ੍ਹੀਆਂ ਵਧੀਆਂ ਨੇ, ਅੱਛਾ ਹੁਣ ਜਿਹੜੀਆਂ ਪਿਛਲੇ ਸਾਈਡ 'ਤੇ ਵਧਾਣੀਆਂ ਨੇ ਨਾ, ਉਸ ਫੋਰ ਜਿਹੜੇ ਪੋਸਟਰੀਅਰ ਮੈਂ ਅਤੇ ਪਿਛਲੀ ਸਾਈਡ 'ਤੇ ਅਸੀਂ ਫੈਲਾ ਸਕਦੇ ਹਾਂ, ਕੱਢ ਸਕਦੇ ਹਾਂ, ਉਹ ਕਿੰਨੀ ਲਿਮਿਟ ਹੈ, ਉਹ ਲਿਮਿਟ ਤਾਂ ਪੜੀ ਸੀ 3/10 ਗੱਡੀ ਦਾ ਹਿੱਸਾ, ਸ਼ਿਨਵਾ 3/12 ਦਾ ਲੂੰਗੇ ਸਾ ਦਲ ਵਹੀਕਲੋ, ਯਾਨੀ ਕਿ ਗੱਡੀ ਦੀ ਲੰਬਾਈ ਜਿਤਨੀ ਹੈ ਨਾ, ਗੱਡੀ ਦੀ ਲੰਬਾਈ ਹੈ ਫਰਜ਼ ਕਰੋ ਹੁਣ ਸਾਰੀ ਗੱਡੀ ਦੀ ਲੰਬਾਈ ਹੈ, ਇਹ ਤਾਂ ਅਸੀਂ 3/6 ਕਰਾਂਗੇ, ਇਹ 3/10 ਕਿੰਨਾ ਬਣਦਾ, ਠੀਕ ਹੈ, ਇਹ ਮੈਂ ਤੁਹਾਨੂੰ ਦੱਸਣਾ, 3/10 ਗੱਡੀ ਦੀ ਇਹ ਸਾਰੀ ਲੰਬਾਈ ਹੈ, ਇੱਥੋਂ ਲੈ ਕੇ ਅਸੀਂ ਹੁਣ ਇਸ ਗੱਡੀ ਦੇ 3/6 ਕਰ ਦੇਣੇ ਨੇ, ਇਹ 3/6 ਹੋ ਗਏ, 1, 2 ਤੇ 3, ਯਾਨੀ ਕਿ 3/6 ਨਾ ਗੱਡੀ ਦੇ ਜਿਹੜੇ ਟੋਟਲ ਗੱਡੀ ਦਾ ਇੰਨੀ ਲੰਬਾਈ ਹੈ ਜੀ, ਇਹਦਾ ਤਰਮਾ ਵਿੱਚ ਇੱਕ ਹਿੱਸਾ ਜਿਹੜਾ ਨਾ ਮਜ਼ੀਦ, ਜਾਂ ਇੱਕ ਹਿੱਸਾ, ਯਾਨੀ ਕਿ 3/6 ਤਕਸੀਮ ਕਰਕੇ ਇਹਨਾਂ ਚੋਂ ਇੱਕ ਹਿੱਸਾ ਅਸੀਂ ਪਿੱਛੇ ਕੱਢ ਸਕਦੇ ਹਾਂ, ਯਾਨੀ ਕਿ ਜਿਤਨੀ ਇਸ ਜਗ੍ਹਾ ਤੋਂ ਲੈ ਕੇ ਇਸ ਜਗ੍ਹਾ ਤੱਕ ਸਪੇਸ ਹੈ ਨਾ ਗੱਡੀ ਦੀ, ਇਹ ਸਾਰੀ ਇੰਨੀ ਅਸੀਂ ਇੱਥੋਂ ਲੈ ਕੇ ਇੰਨੀ ਪਿੱਛਾ ਕੱਢ ਸਕਦੇ ਹਾਂ, ਔਰ ਠੀਕ ਹੋ ਗਿਆ, ਸਮਝ ਆ ਗਈ ਚੀਜ਼, ਯਾਨੀ ਕਿ ਇਹਨਾਂ ਤਰ੍ਹਾਂ ਵਿੱਚ ਇੱਕ ਹਿੱਸਾ ਜਿਹੜਾ ਮਜ਼ੀਦ ਅਸੀਂ ਪਿੱਛਾ ਕੱਢ ਸਕਦੇ ਹਾਂ, ਇੰਨੀਆਂ ਲੱਕੜਾਂ ਅਸੀਂ ਇੱਕ ਹਿੱਸਾ ਜਿਹੜਾ ਨਾ ਇਹ ਪਿੱਛਾ ਕੱਢ ਸਕਦੇ ਹਾਂ ਲੱਕੜਾਂ ਦਾ, ਠੀਕ ਹੈ, 3/12 ਦੀ ਚੀਜ਼ ਦਾ ਲੂੰਗੇ ਸਾ ਲੰਬਾਈ ਗੱਡੀ ਦਾ ਲਾਉਟੀ ਵਹੀਕਲ, ਲਸ ਪਰਜੈਂਸਾ ਜਿਹੜਾ ਫੈਲਾਓ ਹੈ ਲੂੰਗੀ ਤੂ ਦੀ ਨਾਲ ਲੰਬਾਈ ਭਰ ਦੇ ਗਏ, ਅਸਰ ਅਸੀਂ ਨਹੀਂ ਲਾ ਤਾਂ ਬਤਾਇਆ ਗਿਆ ਹੋਣਾ ਚਾਹੀਦਾ, ਮੇਦੀਆਂ ਤੇ ਉਹਨਾਂ ਉਹ ਦੂਏ ਆਪੋਜ਼ਿਟ ਹੀ ਪਰਨੇਲੀ ਕੁਆਦਰੋ ਨੋ ਕੁਆਦਰੰਗੁਲਾਰੀ, ਕੁਆਦਰੰਗੁਲਾਰੀ ਕਿਹੜੀ ਚੀਜ਼ ਹੈ, ਕੁਆਦਰੰਗੁਲਾਰੀ ਜਿਹੜੀ ਚੌਰਸ ਹੁੰਦੀ ਹੈ, ਕੁਆਦਰੋ ਅੰਗੁਲਾਰੀ, ਯਾਨੀ ਕਿ ਜਿਹੜੀ ਇਹ ਪੱਟੀ ਲੱਗੀ, ਅਗਰ ਅਸੀਂ ਇਹ ਹੁਣ ਕੋਲੇ ਤਾਂ ਮੈਂ ਪਿਛਾਂ ਕੱਢੇ ਨੇ ਨਾ, ਅਸਾਂ ਜੇ ਅਗਰ ਅਸਾਂ ਇਹ ਚੀਜ਼ਾਂ ਬਾਹਰ ਕੱਢੀਆਂ ਨੇ ਤੇ ਸਾਡਾ ਕੀ ਕੰਮ ਬਣਦਾ ਹੈ, ਇਹਨਾਂ ਦੇ ਮਗਰ ਅਸਾਂ ਇੱਕ ਲਾਣੀ ਇੱਕ ਹੀ ਚੀਜ਼ ਇਹ ਵਾਲੀ ਫੱਟੀ, ਜਿਸ ਤਰ੍ਹਾਂ ਇਹ ਹੁਣ ਇਹਨਾਂ ਦੇ ਸਮਾਨ ਨੂੰ ਥੋੜ੍ਹਾ ਜਿਹਾ ਬਾਹਰ ਕੱਢੇ ਆ ਨਾ, ਇਹ ਵਹਿੰਦੇ ਬਸ ਸਮਾਨ, ਸੋਰੀ ਇਹ ਵਾਲੀਆਂ ਇਹ ਚੀਜ਼ਾਂ ਕੀ ਨੇ, ਇਹ ਵਾਲੀਆਂ ਇਹ ਸਮਾਨ ਹੈ ਕੋਈ ਇਹਨੇ ਜਿਹੜਾ ਬਾਹਰ ਕੱਢੇ ਹੈ, ਜਿਹਦੇ ਮਗਰ ਉਹਨੇ ਕੀ ਹੈ, ਉਹਨੇ ਫੱਟੀ ਲਾ ਛੜੀ ਉੱਤੇ, ਤਾਂ ਕਿ ਬੰਦਿਆਂ ਨੂੰ ਪਤਾ ਲੱਗੇ ਗੱਡੀ ਦੀ ਲਿਮਿਟ ਥੋੜ੍ਹਾ ਜਿਹਾ ਕੰਮ ਬਾਹਰ ਨਿਕਲੇ ਹੈ, ਅੱਛਾ ਅਗਰ ਅਸੀਂ ਇਕੋਲੇ ਤਾਵੇਂ ਬਾਹਰ ਕਰਦੇ ਹਾਂ ਤੇ ਸਾਡਾ ਕੰਮ ਹੈ ਕਿ ਬਣਦਾ ਇਹਦੇ ਉੱਤੇ ਇਸ ਤਰ੍ਹਾਂ ਇੱਕ ਚੌਰਸ ਫੱਟੀ ਲਾਣੀ ਹੈ, ਇਹ ਵਾਲੀ ਰੈੱਡ ਕਲਰ ਵਾਲੀ, ਜਿਹੜੀ ਇਹ ਦੱਸੇ ਦੀ ਕਿ ਸਮਾਨ ਗੱਡੀ ਦਾ ਪਿਛਾ ਨਿਕਲਿਆ ਹੈ, ਠੀਕ ਹੈ ਜੀ, ਇੱਕ ਉਹਨੋ ਉਹ ਦੂਏ ਜਾਂ ਦੋ ਲਾ ਦੇ, ਇੱਕ ਜਾਂ ਦੋ, ਠੀਕ ਹੈ, ਅਗਰ ਇਹ ਹੁਣ ਸਾਰੀ ਗੱਡੀ ਪਿੱਛੇ ਫੈਲਿਆ ਇਹ ਕੈਸ ਕੋਨੇ ਤੇ ਲੱਗ ਜਾਏ ਜੀ, ਇਹ ਕੈਸ ਕੋਨੇ ਤੇ ਲੱਗ ਜਾਏਗੀ ਫੱਟੀ, ਠੀਕ ਹੈ, ਤੇ ਜਿਸ ਇਸ ਤਰ੍ਹਾਂ ਥੋੜ੍ਹਾ ਹੋਵੇ ਤੇ ਫਿਰ ਇੱਕ ਹੀ ਕਾਫੀ ਹੈ, ਇਹ ਮੁਨਾਸਬਤ ਨਾਲ ਤੁਸੀਂ ਆਪਾਂ ਵੇਖ ਕੇ ਜਿਸ ਤਰ੍ਹਾਂ ਮੁਨਾਸਬ ਸਮਝੋ ਉਸ ਤਰ੍ਹਾਂ ਲਾ ਸਕਦੇ ਹੋ। अच्छा अगे 4 ਕਿਹੜੀ ਚੀਜ਼ ਹੈ, ਸੌਰੀ ਇਹ 3 ਚੀਜ਼ ਸੀ, 3 ਕਿਹੜਾ, 4 ਕਿਹੜਾ ਕੰਮ ਹੈ, ਉਸ ਫੋਰਜਰੇ ਲੈਟਰਲ ਮੈਨ ਤੇ ਸਾਈਡਾਂ ਤੇ, ਸਾਈਡਾਂ ਤੇ ਵੀ ਅਸੀਂ ਫੈਲਾ ਸਕਦੇ ਹਾਂ, ਸਾਈਡਾਂ ਕਿਹੜੀਆਂ ਗੱਡੀ ਦੀਆਂ, ਇਹ ਵਾਲੀ ਸਾਈਡ, ਇਹ ਚਾਦਰ ਵਾਲੀ ਸਾਈਡ, ਇਹ ਸਾਈਡ ਤੇ ਵੀ ਅਸੀਂ ਸਮਾਨ ਕੱਢ ਸਕਦੇ ਹਾਂ, ਕਿੰਨਾ ਕੱਢ ਸਕਦੇ ਹਾਂ ਦੱਸਣਾ ਮੈਂ, ਲੈਟਰ ਮੈਨ ਤੇ ਫੋਰੀ ਬਾਹਰ ਦਲਾ ਸਗੋਮਾ ਹੈ, ਜਿਹੜੀ ਸਗੋਮਾ ਦਾ ਲਿਆਈ ਕੋਲੋਂ ਗੱਡੀ ਦੀ ਸ਼ਕਲ ਤੋਂ ਹੀ, ਜਾਂ ਸ਼ਕਲ ਦੇ ਨਾਲ ਹਿਸਾਬ, ਜਿਸ ਤਰ੍ਹਾਂ ਸ਼ਕਲ ਹੈ ਉਸ ਦੇ ਨਾਲ ਅਸੀਂ ਸਮਾਨ ਬਾਹਰ ਸਕਦੇ, ਕਿੰਨਾ ਕਰ ਸਕਦੇ,
non più di 30 centimetri dalla luce di posizione anteriore. यानी कि लुचे की पोजिशन जंटरियोर है लाइटा इतने लगे पोजिशन इन पूरा उर्ली सैड बाहर वाली सैड से 30 सेंटीमीटर कर सकते हैं। इतने अगर 30 बन रहा है ना तो इन्ना समान अभी बाहर इस लंबाई से भी कर सकते हैं उर्ली सैड से, ठीक है 30 सेंटीमीटर सैडा से भी अभी कर सकते हैं बाहर। सॉरी सगों मतलब नॉन प्यूरी 30 सेंटीमीटर लुचे की पोजिशन अंतरियोर है, ठीक है ये पोस्टीरियर है पिछले हिस्से से कम अंकों के एंट्रो लिमिट ही मासिमी दी सर्वम अगली साइड यानी के एस इन थावां ते ਤੁਸੀਂ ਕੱਢ ਸਕਦੇ ਹੋ ਕਿੰਨਾ ਲੁਚੇ ਦੀ ਪੋਜੀਸ਼ਨ ਤੋਂ 30 ਸੈਂਟੀਮੀਟਰ ਹੀ ਲੇਕਿਨ ਪਿਛਲੀ ਸਾਈਡ ਤੇ ਜਿਹੜੀ ਅਸੀਂ ਉਹ ਕੀ ਕਰਾਂਗੇ ਐਸ ਸਾਈਡ ਤੇ ਜਿਹੜਾ ਅਗਰ ਸਾਈਡ ਤੇ ਅਸੀਂ ਬਾਹਰ ਕੱਢਨੇ ਆ ਤੇ ਗੱਡੀ ਦੀ ਸ਼ਕਲ ਦੇ ਹਿਸਾਬ ਨਾਲ ਬਿਲਕੁਲ ਥੋੜਾ ਜਿਹਾ ਇੰਟਰੋ ਲਿਮਿਟ ਹੀ ਮਾਸਿਮੀ ਦੀ ਸਗੋਂ ਮਾ ਜਿਹੜੀ ਲਿਮਿਟ ਸ਼ਕਲ ਦੇ ਹਿਸਾਬ ਨਾਲ ਗੱਡੀ ਦੀ ਉਸ ਦੇ ਮੁਤਾਬਕ ਅਸੀਂ ਬਾਹਰ ਕੱਢਾਂਗੇ। ਇਹ ਕਾਰੀ ਕੋ ਸੇਲ ਕਾਰੀ ਕੋ ਲੋਡ ਜਿਹੜਾ ਸਪੋਰਟ ਜੇ ਫੈਲੇ ਅਲਟਰੇ ਮਜ਼ੀਦ ਲਾ ਸਗੋਮਾ ਦੇ ਲਈ ਕੋ ਲੋ ਅਗਰ ਕਾਰੀ ਕੋ ਜਿਹੜਾ ਨਾ ਮਜ਼ੀਦ ਬਾਹਰ ਨਿਕਲੇ ਗੱਡੀ ਦੀ ਸ਼ਕਲ ਤੋਂ ਜੇ ਬਾਹਰ ਤੇ ਫਿਰ ਕੀ ਕਰਾਂਦੇ ਇਲ ਕੋ ਜਾਣਦੇ ਜਵੇ ਅਦੋ ਤਾਰ ਲਾਜ਼ਮੀ ਅਪਣਾਏ ਤੂ ਤੇ ਲਕਾਉਤੇ ਲਈ ਦੋਨੀਏ ਤਮਾਮ ਮناسب ਸਹੀ ਅਖਤਿਆਤਾਂ ਲਾਜ਼ਮੀ ਅਪਣਾਏ ਕਈ ਵਾਸਤੇ ਅਦੇ ਵੀ ਤਾਰੇ ਬਚਣ ਵਾਸਤੇ ਪੈਰੀ ਕੋ ਲੋ ਲੀ ਅਲਤਰੀ ਉਟਾਂਤੀ ਦਾ ਲਸਰਾ ਦਾ ਤਾਂ ਕਿ ਦੂਸਰਿਆਂ ਨੂੰ ਖਤਰੇ ਤੋਂ ਬਚਾਇਆ ਜਾ ਸਕੇ। ਅਗਰ ਸ਼ਕਲ ਗੱਡੀ ਦੀ ਸ਼ਕਲੋ ਸੂਰਤ ਦੇ ਹਿਸਾਬ ਨਾਲ ਸਮਾਨ ਫਿਰ ਵੀ ਬਾਹਰ ਦੀ ਤਰਫ ਜ਼ਿਆਦਾ ਨਿਕਲ ਦੇਣਾ ਗੱਡੀ ਤੋਂ ਤੇ ਫਿਰ ਕੀ ਕਰਨਾ ਡਰਾਈਵਰ ਨੇ ਲਾਜ਼ਮੀ ਅਪਣਾਣੇ ਨੇ ਅਦੋ ਤਾਰੇ ਕਰਨੇ ਨੇ ਤੂ ਤੇ ਲਕਾਉਤੇ ਲਈ ਦੋਨੇ ਅਦੇ ਵੀ ਤਾਰੇ ਪੈਰੀ ਕੋਲੋ ਲਈ ਅਲਤਰੀ ਤਾਂ ਤੇ ਗਲਸ ਤਰਾ ਦਾ ਦੂਸਰੇ ਬੰਦਿਆਂ ਨੂੰ ਖਤਰੇ ਤੋਂ ਤਾਂ ਕਿ ਬਚਾਇਆ ਜਾ ਸਕੇ, ਠੀਕ ਹੈ ਜੀ ਓਕੇ। ਇਹ ਵੀ ਤਾਂ ਤੋਂ ਮਨਾ ਟਰਾਂਸਪੋਰਟ ਤਾਰੇ ਟਰਾਂਸਪੋਰਟ ਕਰਨਾ ਉਹ ਟਾਈ ਨਾਰੇ ਖਿੱਚਣਾ ਕੋਜ਼ੇ ਕੇ ਸਤ੍ਰੀਸ਼ਾਨੋ ਸੁਲਤੇਰਨੋ ਸਤ੍ਰੀਸ਼ਾਨੋ ਜਿਹੜੇ ਕਸੀਟ ਦੇ ਨੇ ਜਿਹੜੇ ਰਗੜ ਖਾਂਦੇ ਨੇ ਸੁਲਤੇਰਨੋ ਸੜਕ ਦੇ ਉੱਤੇ ਜ਼ਮੀਨ ਦੇ ਉੱਤੇ ਯਾਨੀ ਕਿ ਮਨਾ ਨੇ ਉਹ ਸਮਾਨ ਤਰੋਣਾ ਉਹ ਸਮਾਨ ਨੂੰ ਟਰਾਂਸਪੋਰਟ ਕਰਨਾ ਜਿਹੜਾ ਟਰਾਂਸਪੋਰਟ ਕਰਦੇ ਆ ਸੜਕ ਦੇ ਉੱਤੇ ਪਿੱਛੇ ਤਰੋਂਡਾ ਲਗਾ ਹੋਵੇ ਥੱਲੇ ਸਤ੍ਰੀਸ਼ਾ ਰਗੜ ਖਾਂਦਾ ਹੋਵੇ ਇਸ ਪਰ ਸੜਕ ਦੇ ਉੱਤੇ, ਠੀਕ ਹੈ ਜੀ ਉਸ ਤਰ੍ਹਾਂ ਦਾ ਸਮਾਨ ਮਨਾ ਹੈ। ਚਿਰਕਲਾਂ ਦੇ ਦੀਏਤਰੋ ਚਲਤੇ ਹੋਏ ਪਿੱਛੇ ਅਦੋਂ ਵਹੀਕਲ ਇੱਕ ਗੱਡੀ ਦੇ ਕੇ ਹਾਉਣ ਕਾਰੀ ਕੁਸ ਪੁਰ ਜਾਣ ਤੇ ਜਿਹਦੇ ਉੱਤੇ ਇੱਕ ਲੋਡ ਫੈਲਿਆ ਹੋਇਆ ਅਗਰ ਅਸੀਂ ਇੱਕ ਗੱਡੀ ਦੇ ਪਿੱਛੇ ਚੱਲਨੇ ਆ ਕਿਹੜੀ ਗੱਡੀ ਦੇ ਪਿੱਛੇ ਜਿਹੜੀ ਸਾਡੇ ਅੱਗੇ ਗੱਡੀ ਉਹਨੇ ਸਮਾਨ ਇਸ ਤਰ੍ਹਾਂ ਲੱਭਿਆ ਕਿ ਬਾਹਰਲੀ ਸਾਈਡ ਤੇ ਫੈਲੇ ਆ ਤੇ ਸਾਨੂੰ ਕੀ ਕਰਨਾ ਚਾਹੀਦਾ ਪੂਰਾ ਜ਼ਲਤਾਰੇ ਦਿਖੀ ਚਲੇ ਜਿਹੜਾ ਪੇਸ਼ ਕਰ ਸਕਦਾ ਮੁਸ਼ਕਿਲ ਅਕੋਰਜੀ ਮੈਂਸ਼ਨ ਨੂੰ ਸਮਝ ਜਾਵੇ ਕਿ ਅਤੰਦ ਸੁਲਤਾਰੇ ਕਿ ਉਹ ਚਾਹੁੰਦਾ ਮੁੜਨਾ। ਅਗਰ ਅਸੀਂ ਕੀ ਕਰਨੇ ਆ ਇੱਕ ਗੱਡੀ ਏ ਫਰਜ਼ ਕਰੋ ਫਾਰ ਐਗਜ਼ਾਮਪਲ ਅਸੀਂ ਇਸ ਗੱਡੀ ਚੋਂ ਇੰਨਾ ਸਾਰਾ ਟਰੱਕ ਲੈਂਦੇ ਹਾਂ ਨਹੀਂ ਐਕੋਲੇਤਾਂ ਨੂੰ ਲੈਂਦੇ ਹਾਂ ਚਲੋ ਰਵਲ ਸੇ ਐਕੋਲੇਤਾਂ ਲੱਕੜਾਂ ਵਾਲੀ ਅਸੀਂ ਇਹਦੇ ਮਗਰ ਤੇ ਚੱਲਨੇ ਆ ਇਹ ਸਾਡੀ ਗੱਡੀ ਹੈ, ਠੀਕ ਹੈ ਅਸੀਂ ਇਹਦੇ ਮਗਰ ਤੇ ਚੱਲਨੇ ਆ ਸਾਨੂੰ ਇੰਨੀ ਸਮਝ ਪੀ ਆਉਂਦੀ ਹੈ ਕਿਉਂ ਇਹਦਾ ਜਿਹੜਾ ਸਮਾਨ ਹੈ ਨਾ ਇਹਦਾ ਲੋਡ ਜਿਹੜਾ ਇੱਧਰ ਵੀ ਫੈਲੇ ਹੈ ਇਸ ਸਾਈਡ ਤੇ ਵੀ ਉਸ ਸਾਈਡ ਤੇ ਵੀ, ਠੀਕ ਹੈ ਦੋਵਾਂ ਸਾਈਡਾਂ ਤੇ ਬਾਰ ਬਾਰ ਫੈਲੇ ਹੈ ਸਾਨੂੰ ਹੁਣ ਸਮਝ ਨਹੀਂ ਆਉਂਦੀ ਕਿ ਅੱਗੋਂ ਮੁੜਨਾ ਚਾਹੁੰਦਾ ਇਹ ਗੱਲ ਤਾਂ ਕਰਦੇ ਨੇ। ਚਿਰਕਲਾਂ ਦੇ ਦੀਏਤਰੋ ਚੱਲਦੇ ਹੋਇਆ ਪਿੱਛੇ ਇਹਨੂੰ ਵੇਖ ਲਓ ਕਿ ਗੱਡੀ ਦੇ ਕੇ ਹੰਕਾਰੀ ਕੁਛ ਪੁਰ ਜਾਣ ਤੇ ਜਿਹਨੇ ਲੋਡ ਕੀਤੇ ਆ ਤਾਂ ਸਮਾਨ ਨੂੰ ਫੈਲੇ ਆ ਯਾਨੀ ਕਿ ਸਾਈਡਾਂ ਤੇ ਫੈਲੇ ਆ ਪੂਰੀ ਜ਼ੁਲਤਾਰੇ ਉਹ ਕਰ ਸਕਦਾ ਉਹ ਗੱਡੀ ਆ ਜਿਹੜਾ ਅੱਗੇ ਸਾਡੇ ਉਹ ਕਰ ਸਕਦਾ ਕੀ ਕਰ ਸਕਦਾ ਦਿਸ਼ੀ ਚਲੇ ਮੁਸ਼ਕਲ ਪੈਦਾ ਕਰ ਸਕਦਾ ਕੀ ਮੁਸ਼ਕਲ ਅਕੋਰ ਜੀ ਮਿੰਟ ਸਮਝਣ ਵਿੱਚ ਕਿ ਅਤੰਦ ਦੇ ਸੁਲਤਾਰੇ ਕਿ ਉਹ ਇਰਾਦਾ ਰੱਖਦਾ ਮੁੜਨ ਦਾ ਯਾਨੀ ਕਿ ਮੁੜਨਾ ਚਾਹੁੰਦਾ ਲੇਕਿਨ ਮੁਸ਼ਕਲ ਪੈਦਾ ਕਰ ਸਕਦਾ ਸਾਡੇ ਵਾਸਤੇ ਸਾਨੂੰ ਵੀ ਸਮਝ ਆ ਰਹੀ ਕਿ ਮੁੜਨਾ ਚਾਹੁੰਦਾ ਸਹੀ ਹੈ। ਸੇਲਿੰਗ ਦੀ ਕਿਉਂ ਨਹੀਂ ਸਮਝ ਆਉਣੀ ਸਾਨੂੰ ਸੇਲਿੰਗ ਦੀ ਕਟੋਰੀ ਜਿਹੜੀਆਂ ਇੰਡੀਕਟੋਰੀ ਦੀ ਦ੍ਰਸ਼ਿਓ ਜਿਹੜੇ ਸਾਈਡ ਇਸ਼ਾਰੇ ਨੇ ਸੋਨੋ ਨਸ ਕੋਸਤੀ ਛੁਪੇ ਹੋਏ ਨੇ ਅਲਾ ਮਿਰਚ ਪੈਂਜੋਲਾਂ ਤੇ ਲਟਕੇ ਹੋਏ ਸਮਾਨ ਦੇ ਪੈਂਜੋਲਾਂ ਤੇ ਯਾਨੀ ਕਿ ਸਮਾਨ ਲਮਕੇ ਆਉਂਦਾ ਜਿਹੜਾ ਯਾਨੀ ਕਿ ਸਾਨੂੰ ਸਮਝ ਨਹੀਂ ਆ ਰਹੀ ਕਿਉਂਕਿ ਉਹਦਾ ਸਮਾਨ ਉਹ ਇਸ਼ਾਰਿਆਂ ਦੇ ਉੱਤੇ ਲਟਕ ਗਿਆ ਜਿਹੜੇ ਇਸ਼ਾਰੇ ਲਾਉਂਦੇ ਨੇ ਕਿਨੇ ਖੱਬੇ ਮੁੜਨਾ ਕਿਨੇ ਸੱਜੇ ਮੁੜਨਾ ਇੰਡੀਕਟੋਰੀ ਦ੍ਰਸ਼ਿਓ ਆਨ ਕਰਦੇ ਤੇ ਉਹਨਾਂ ਦੇ ਉੱਤੇ ਉਹ ਆ ਗਿਆ ਤੇ ਸਾਨੂੰ ਨਹੀਂ ਸਮਝ ਆ ਰਹੀ ਕਿਉਂ ਇਹਨੇ ਖੱਬੇ ਮੁੜਨਾ ਹੈ ਸੱਜੇ ਮੁੜਨਾ ਹੈ ਕੀ ਕਰਨਾ ਕਿਉਂਕਿ ਇਸ਼ਾਰੇ ਸਾਡੇ ਨਜ਼ਰ ਨਹੀਂ ਆ ਰਹੇ ਅਸੀਂ ਇਸ ਦੇ ਪਿੱਛੇ ਹਾਂ ਕੀ ਸਮਝੇ। ਚਿਰਕਲਾਂ ਦੇ ਦੀਏਤਰੋ ਚੱਲਦੇ ਆਇਆ ਦੀਏਤਰੋ ਐਡ ਨੂੰ ਵਹੀ ਕੋਲੋਂ ਉਸ ਗੱਡੀ ਦੇ ਕੇ ਟਰਾਂਸਪੋਰਟ ਦਾ ਜਿਹੜਾ ਟਰਾਂਸਪੋਰਟ ਕਰਦਾ ਉਹਨੂੰ ਕਾਰੀ ਕੋ ਲੋਡ ਇਨ ਪੈਰੀ ਕੋਲੋਂ ਖਤਰੇ ਦੀ ਕਦੇਰੇ ਗਿਰਨੇ ਦਾ ਖਤਰਾ ਹੈ ਯਾਨੀ ਕਿ ਅਸੀਂ ਅਗਰ ਉਸ ਗੱਡੀ ਦੇ ਮਰ ਚੱਲਦੇ ਹਾਂ ਤੇ ਜਿਹੜਾ ਇੰਜ ਦਾ ਸਮਾਨ ਟਰਾਂਸਪੋਰਟ ਕਰ ਰਿਹਾ ਹੈ ਕਿ ਜਿਹੜਾ ਖਤਰਾ ਹੈ ਕਿ ਉਸ ਅਕੇ ਡਿੱਗ ਪਵੇ ਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਸਾਨੂੰ ਕੀ ਕਰਨਾ ਚਾਹੀਦਾ ਪਹਿਲੇ ਨੰਬਰ ਤੇ ਮਤਲਬ ਕਿ ਬਈ ਇੱਕ ਗੱਡੀ ਜੇ ਸਾਡੇ ਅੱਗੇ ਜਾ ਰਹੀ ਹੈ ਉਸ ਉੱਤੇ ਇੰਜ ਦਾ ਉਹਨੇ ਲੋਡ ਸਮਾਨ ਚ ਲੱਦਿਆ ਕਿ ਸਾਨੂੰ ਨਜ਼ਰ ਪਿਆਉਂਦਾ ਹੈ ਕਿ ਖਤਰਾ ਹੈ ਵੇ ਕਿ ਮੱਥੇ ਥੱਲੇ ਨਾ ਡਿੱਗ ਪਵੇ ਇਹਦਾ
ਅਸੀਂ ਹੁਣ ਇਹਦੇ ਪਿੱਛੇ ਹਾਂ, ਡਿੱਗੇ ਦਾ ਸਾਡੇ ਵਾਸਤੇ ਖਤਰਾ ਹੀ ਹੈ ਨਾ। ਸਹੀ ਹੈ।